सत श्री अकाल जी, थोड़ा अपना जी एस टी एक बार फिर थोड़े मुझे वीडियो लेके आया। सो अज की वीडियो 9 महीने वाले पेपर की जोड़े सीजनल नूल अवस्था है ये बारे आप चंद गल करा 2021 दल करा जोड़े मेरे वीर कमेंट आए थे। सो कदों ये खुलने या नहीं खुलने को ये बारे गल करा। तो जोड़े मेरे वीर नूल अवस्थे की वेट कर रहे हैं, बहुत सारे कमेंट आ रहे थे बी इहदी भाजी कोई अपडेट दो जां किदां। इह सारियां अज तुहाडे नाल आपां इस चैनल ते इस वीडियो दे विच तुहाडे नाल गल्लां शेयर करांगे। सो मेरे भराओ, एक हाथ जोड़ के बेनती है, तुसीं वीडियो पूरी एंड तक देखिया करो। सो जिहड़ी वीडियो दे थल्ले तुसीं कमेंट करदे हुंदे आ, उस ही वीडियो दे विच उहदा आंसर हुंदा आ। किन्ने वीरां दे मैं घट्टो घट 8-10 कमेंट मैं रिप्लाई इदा किए भी भाजी तुम ये वीडियो पूरी देखो, ये बिचे थानू आंसर मिल जाना। सो मेरे वीरियो, हाथ जोड़ के बेनती है, तुम पहला वीडियो पूरी देखा करो। जोड़ा थोड़ा कोई आं क्वेश्चन हों आंसर उस वीडियो के बच्चे जे नहीं है, एक दो वीडियो जीडिया पिछे आज थमनल देख लिया करो भी जे 9 महीन के रिलेटड थोड़ा कोई क्वेश्चन आ जरूर थोड़े लिए कुछ लभ्याना जो तुम पूछना चाहते हैं। सो ये जिहड़े इमीग्रेशन इत्थे वाले सीगे उन्हां दीआं भी मैं पिछे वीडियो बनाईआं, जे इह वीडियो देखदे आ ते उह पिछलीआं वीडियो मेरे भरा देख लैण जिहड़े अपडेट चाहुंदे आ किहड़े किहड़े शहरां दे विच किन्ने जिद्दां की प्रोसीजर चल रहे मैं सारा कुछ दस्सिआ। सो वीडियो शुरू करने तो पहलां मेरे भी जिन्हां ने साडा चैनल सबसक्राइब नहीं कीता सबसक्राइब जरूर करिओ, लाइक कमेंट जरूर करिआ करो। सो आपां हुण वीडियो शुरू करदे आ। सारे नो पहला जिहड़ा इह सगा तुहाडे आए बई सिटियां दे विच भाई किन्ने किन्ने टाइम लगता है एसीडीए दे विच जिहड़ा नूला अवस्था आ साडा इन्ने बजे दा आ, इन्ने बजे तो असी अप्लाई कीता सीगा भाजी किन्ने चांस वा। बहुत सारे मेरे वीरां दे इदां दे कमेंट आउंदे आ बई भाजी इन्ने बजे इन्ने सैकेंड ते साडा दमांदा होया आ। सो इह जिहड़ा आ ਭਾਜੀ ਕੀ ਚਾਂਸ ਹੈਗੇ ਆ ਜਾਂ ਨਹੀਂ ਹੈਗੇ ਮੇਰੇ ਭਰਾਵੋ? ਪਹਿਲੀ ਗੱਲ ਤਾਂ ਜਿਹੜੇ ਫੇਕ ਜਿਹੜੀਆਂ ਜਿੱਦਾਂ ਨਿਊਜ਼ ਤੁਸੀਂ ਦੇਖਦੇ ਆ ਇਹ ਤੋਂ ਤੁਸੀਂ ਬਚੋ, ਕਿਉਂਕਿ ਕਈ ਚੈਨਲ ਇੱਦਾਂ ਦੇ ਆ ਉਹ ਥੰਬਨੇਲ ਲਾ ਕੇ ਉਹਨਾਂ ਦੀਆਂ ਨਿਊਜ਼ ਚੱਲਦੀਆਂ ਆ, ਉਹਨਾਂ ਨੂੰ ਪਤਾ ਆ ਬਈ ਤੁਸੀਂ ਇਸ ਟਾਈਮ ਜਿਹੜੇ ਨੂਲੇ ਆ ਉਸ 'ਤੇ ਜਿਹੜੇ ਸੀਜ਼ਨਲ ਵਰਕ ਵੀਜ਼ੇ ਦੇ ਜਿੱਦਾਂ ਬਹੁਤ ਅਤਾਵ ਨੇ ਆ, ਜਿੱਦਾਂ ਮਤਲਬ ਨੂਲੇ ਔਸਤੇ ਦੇ ਜਿੱਦਾਂ ਕਿਹੜੀ ਘੜੀ ਨਿਕਲ ਆਵੇ ਜਦੋਂ ਅਸੀਂ ਵੀ ਇੰਡੀਆ ਸੀਗੇ ਅਸੀਂ ਵੀ ਇੱਦੀ ਸੀਗੀ। ਸੋ ਉਹ ਫੇਕ ਨਿਊਜ਼ ਵੀ ਤੁਸੀਂ ਤਤਪਲ ਤੱਤ ਰਹੋ ਜਾਂ ਤੁਹਾਡਾ ਛੇਤੀ ਜਲਦੀ ਆ ਜਾਓ, ਤੁਸੀਂ ਉਹਨਾਂ ਦੇ ਨਾਲ ਰਾਫਦਾ ਕਾਇਮ ਕਰੋ। ਖਾਸ ਕਰਕੇ ਮੇਰੇ ਭਰਾ ਪਾਕਿਸਤਾਨੀ ਜਿਹੜੇ ਮੇਰੇ ਵੀਰਾਂ ਨੇ ਚੈਨਲ ਬਣਾਏ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਬਹੁਤ ਮੇਰੇ ਭਰਾ ਜਿੱਦਾਂ ਵਧੀਆ ਕੰਮ ਵੀ ਕਰ ਰਹੇ ਆ ਚੈਨਲ ਦੇ। ਸੋ ਬਹੁਤ ਇਸ ਟਾਈਮ ਜਿਹੜਾ ਪੁਜੀਸ਼ਨ ਚੱਲਦੀ ਆ ਜਿੱਦਾਂ ਫੇਕ ਨਿਊਜ਼ਾਂ ਦੀ ਚੱਲਦੀ ਆ, ਹੈ ਨਾ। ਸੋ ਪਿੱਛੇ ਮੈਂ ਵੀਡੀਓ ਪਾਈ ਸੀਗੀ ਵੀ ਨੂਲੇ ਉਸ 'ਤੇ ਸਟਾਰਟ ਹੋ ਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਨੂਲੇ ਉਸ 'ਤੇ ਸਟਾਰਟ ਹੋ ਗਿਆ। ਪਰ ਸਟਾਰਟ ਕਿਹੜੇ ਹੋਏ, ਮਤਲਬ ਇੱਕ ਸ਼ਹਿਰ ਦੇ ਵਿੱਚ ਕਿਸੇ ਹੋਇਆ, ਮਤਲਬ ਇੱਕ ਅੱਧਾ ਜਾਂ 2-3, ਮਤਲਬ ਬਹੁਤ ਘੱਟ 100 ਦੇ ਵਿੱਚੋਂ 1% ਤੋਂ ਵੀ ਆਪਾਂ ਘੱਟ ਕਹਿ ਦਈਏ ਇੰਨੇ ਨੂਲੇ ਉਸ 'ਤੇ ਨਿਕਲੇ ਆ ਹਜੇ। ਜੇ ਮੈਂ ਅੱਜ ਨਾ ਵੀਡੀਓ, ਮਤਲਬ ਮੈਂ ਸੱਚੀ ਕਹਿੰਦਾ, ਜੇ ਮੈਂ ਅੱਜ ਵੀਡੀਓ ਉੱਤੇ ਝੂਠ ਬੋਲ ਕੇ ਪਾ ਦੇਵਾਂ, ਜਿੱਦਾਂ ਤੁਹਾਡੇ ਜਿਹੜੇ ਮੇਰੇ ਸਬਸਕ੍ਰਾਈਬਰ ਵਾ, ਮੈਂ ਉਹਨਾਂ ਦੇ ਨਾਲ ਰੈ ਕਰਕੇ ਪਾ ਦੇਵਾਂ ਵੀ ਆਪਾਂ ਇੱਕ ਝੂਠ ਫੈਲਾਉਣਾ ਆ, ਹੈ ਨਾ। ਅਤੇ ਮਤਲਬ ਆਪਾਂ ਉਸਦੇ ਕਹਿ ਦਈਏ ਵੀ ਭਾਈ ਆਹ ਮੇਰੇ ਸਬਸਕ੍ਰਾਈਬਰ ਦਾ ਨੂਲਾ ਉਸਤਾ ਨਿਕਲਿਆ, ਜਾਂ ਕਿੱਦਾਂ ਮੈਂ ਉਹਦੇ ਝੂਠ ਫੇਕ ਬੁਲਾ ਦੇਵਾਂ। ਕੱਲ੍ਹ ਨੂੰ ਤੁਹਾਨੂੰ 5-7 ਚੈਨਲਾਂ 'ਤੇ ਇਹੀ ਨਿਊਜ਼ ਮਿਲੂਗੀ ਵੀ ਇੰਨੇ ਸਾਡੇ ਮੈਨੂੰ ਕੋਈ ਜਾਣਦਾ ਸੀਗਾ ਇੱਦਾਂ ਲੱਭੇ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਨਿਊਜ਼ ਪਾਈ ਸੀਗੀ, ਸੱਚੀ ਸੀਗੀ, ਮੈਂ ਤਾਂ ਕੋਈ ਇੱਦਾਂ ਝੂਠ ਨਹੀਂ ਬੋਲਿਆ ਬਈ ਤੁਸੀਂ ਆਪਣੇ ਏਜੰਟਾਂ ਨੂੰ ਫੋਨ ਨਾ ਬਾਹਲਾ ਕਰਦੇ, ਜਦੋਂ ਉਹਨਾਂ ਦੇ ਨੂਲਾ ਉਸਤਾ ਹੱਥ 'ਚ ਹੋਊਗਾ ਵੀ 500 ਰੁਪਏ ਉਹਨੇ ਉਹਦੇ ਮੰਗ ਲੈਣਾ ਵੀ ਵਕੀਲ ਦੇ ਕੋਲ ਗਲਾ। ਅੱਜ ਮੈਂ ਵੀਡੀਓ ਦੇਖੀ 3 ਚੈਨਲਾਂ 'ਤੇ ਉਹੀ ਉਹਨੀ ਗੱਲ ਕਹੀ ਹੋ ਆ, ਉਹੀ ਸਾਰਾ ਕੁਝ। ਮਤਲਬ ਮੈਂ ਇਹ ਤੋਂ ਇਹ ਤੁਹਾਨੂੰ ਸਮਝਾਉਣਾ ਚਾਹੁੰਦਾ, ਮਾੜੀ ਜਿਹੀ ਇੱਕ ਹਵਾ ਉੱਡਦੀ ਆ ਉਹ ਜਾਣੀ ਕਿ ਬਹੁਤ ਜ਼ਿਆਦਾ ਉੱਚੀ ਬਣ ਕੇ ਪੇਸ਼ ਹੁੰਦੀ ਆ, ਹਊਆ ਬਣ ਜਾਂਦਾ, ਹਊਆ ਬਾਹੂ ਵਾਲਾ ਕੰਮ ਹੋ ਜਾਂਦਾ। ਅਤੇ ਮਤਲਬ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਨੂਲੇ ਉਸਦੇ ਮੇਰੇ ਭਰਾਵੋ ਨਿਕਲੇ ਸੀਗੇ, ਜਿੱਦਾਂ ਨਿਕਲੇ ਬਹੁਤ, ਮੈਂ ਨਹੀਂ ਹਜੇ ਤੱਕ ਦੇਖਿਆ ਬਈ, ਜਦੋਂ ਤੱਕ ਮੈਂ ਨਹੀਂ ਦੇਖਿਆ ਮੈਂ ਤੁਹਾਨੂੰ ਨਹੀਂ ਕਹਿ ਸਕਦਾ
ਨਿਕਲਿਆ ਸੀਗਾ ਜਿੱਦਾਂ ਮਤਲਬ 2-4 ਨਿਕਲੇ ਹੋਣੇ ਆ ਪਰ ਸ਼ੁਰੂ ਹੋਏ ਸੀਗੇ। ਹੁਣ ਜਾਂ ਕਰੋਨਾ ਕਰਕੇ ਲਾ ਲਓ ਜਾਂ ਕਿੱਦਾਂ, ਹੁਣ ਮੁੜ ਕੇ ਮੈਂ ਕਿਸੇ ਦਾ ਨਹੀਂ ਸੁਣਿਆ ਵੀ ਲੌਸ ਤਾਂ ਨਿਕਲਿਆ ਜਾਂ ਕਿੱਦਾਂ। ਇੱਕ ਮੇਰੇ ਇੱਥੇ ਏਜੰਟ ਹੀ ਆ, ਮਤਲਬ ਉਹਨੇ ਕਿਹਾ ਸੀਗਾ ਜਦੋਂ ਮੈਂ ਕਿਹਾ ਸੀਗਾ ਵੀ 2019 ਵਾਲੇ ਪੇਪਰ ਨਹੀਂ ਨਿਕਲਣੇ ਜਾਂ ਕੁਛ ਵੀ, ਮੈਨੂੰ ਥੱਲੇ ਇੱਕ ਮੁੰਡੇ ਦਾ ਕਮੈਂਟ ਆਇਆ ਕਹਿੰਦਾ ਮੇਰੇ ਨੂੰ 2019 ਵਾਲੇ ਪੇਪਰ ਨਿਕਲੇ ਆ, ਮਤਲਬ ਉਹਦੇ ਕੋਈ ਹੁਣੇ ਆ ਜਾਂ ਕਿੱਦਾਂ, ਹੈ ਨਾ ਕੁਛ ਵੀ। ਜਦੋਂ ਮੈਂ ਉਹਨੂੰ ਇੰਨੀ ਗੱਲ ਕਹੀ ਵੀ ਭਾਜੀ ਮੈਨੂੰ ਫੋਟੋ ਸੈਂਡ ਕਰ, ਫਿਰ ਉਹ ਕਹਿੰਦਾ ਹਜੇ ਲੈਣੇ ਆ, ਮਤਲਬ ਮੰਗਲ ਬੁੱਧਵਾਰ ਨੂੰ ਕਹਿੰਦਾ ਮਿਲਣੇ ਆ, ਚਲੋ ਅੱਜ ਮਿਲਣੇ ਸੀ। ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਫੋਟੋ ਜ਼ਰੂਰ ਸੈਂਡ ਕਰੇ, ਮਤਲਬ ਇਹ ਗੱਲਾਂ ਕੁਛ ਹੋਰ ਹੋ ਜਾਂਦੀਆਂ ਜਦੋਂ ਆਪਾਂ ਮਾੜਾ ਜਿਹਾ ਤਾਂ ਕਹਿੰਦੇ ਹਾਂ ਆਪਾਂ ਨੂੰ। ਜਿੱਦਾਂ ਕਮੈਂਟ ਕਰਨ ਵਾਲਿਆਂ 'ਤੇ ਵੀ, ਜਿੱਦਾਂ ਬਹੁਤ ਸਾਰੇ ਭਰਾ ਜਿੱਦਾਂ ਵਧੀਆ ਕਮੈਂਟ ਕਰਦੇ ਆ ਸੱਚੇ ਆ, ਕਿੰਨਿਆਂ ਨੇ ਇੰਸਟਾਗ੍ਰਾਮ 'ਤੇ ਵੀ ਮੈਨੂੰ ਆਪਣੇ ਰਿਸ਼ੀ ਪੁੱਤੇ ਸੈਂਡ ਕੀਤੇ ਆ ਵੀ ਭਾਜੀ ਇੱਦਾਂ, ਹੈ ਨਾ, ਮਤਲਬ ਸਾਰੇ ਨਹੀਂ। ਮੈਂ ਕਹਿੰਦਾ ਉਹ ਤਾਂ ਕੁਛ 1% ਜਿੱਦਾਂ ਫੇਕ ਵੀ ਹੁੰਦੇ ਆ ਕਮੈਂਟ ਕਰਨ ਵਾਲੇ ਵੀ ਮੇਰਾ ਨੂੰ ਲੌਸ ਤਾਂ ਨਿਕਲਿਆ ਆ, ਆਪਾਂ ਯਕੀਨ ਉੱਦੇ ਨਹੀਂ ਕਰਨਾ। ਮੇਰਾ ਭਰਾ ਸਾਰਿਆਂ ਨੂੰ ਇੱਦਾਂ ਹੱਥ ਜੋੜ ਕੇ ਬੇਨਤੀ ਮੈਂ ਕਰਦਾ, ਸੁਣੀ ਸੁਣਾਈ ਗੱਲ 'ਤੇ ਯਕੀਨ ਨਾ ਕਰਿਆ ਕਰੋ, ਹੈ ਨਾ। ਸੋ ਮੈਂ ਮੁੜ ਕੇ ਮੈਂ ਵੀਡੀਓ ਤੁਸੀਂ ਮੈਂ ਇੱਕ ਵੀਡੀਓ ਦੇ ਵਿੱਚ ਜ਼ਰੂਰ ਕਿਹਾ ਸੀ ਵੀ ਨਿਕਲਦੇ ਆ, ਹੈ ਨਾ, ਨਿਕਲੇ ਵੀ ਸੀਗੇ। ਜਿੱਦਾਂ ਮਤਲਬ ਮੈਂ ਕਿਸੇ ਚੈਨਲ 'ਤੇ ਦੇਖਿਆ ਸੀਗਾ ਅਟਾਲੀਅਨ 'ਤੇ ਵੀ ਇਹ ਨੂਲੇ ਵਾਸਤੇ ਜਿੱਦਾਂ ਸੀਜ਼ਨਲ ਵਰਕ ਵੀਜ਼ਾ ਸਟਾਰਟ ਹੋ ਗਿਆ ਜਾਂ ਕੁਛ ਬਹੁਤ, ਪਰ ਇਹ ਨਹੀਂ ਹੈਗਾ ਵੀ ਉਹ ਚੈਨਲ ਨੇ ਦੱਸਤਾ ਅਤੇ ਉਹ ਸੱਚੀ ਹੋਊਗਾ, ਹੈ ਨਾ। ਮਤਲਬ ਜਦੋਂ ਤੱਕ ਆਪਾਂ ਇੱਦਾਂ ਦੇਖਦੇ ਨਹੀਂ ਹੈਗੇ ਆਪਾਂ ਕਿਸੇ 'ਤੇ ਯਕੀਨ ਨਹੀਂ ਕਰ ਸਕਦੇ, ਹੈ ਨਾ, ਬਹੁਤ ਘੱਟ ਨਿਕਲੇ ਹੋਗੇ। ਹਾਂ ਇਹ ਵੀ ਨਹੀਂ ਜ਼ਰੂਰੀ ਹੈਗਾ ਵੀ ਜੇ ਇੱਕ ਸ਼ਹਿਰ ਦੇ ਵਿੱਚ ਕਿਤੇ 2-4 ਨੂਲੇ ਵਾਸਤੇ ਨਿਕਲਿਆ ਤਾਂ ਸਾਰੀ ਇਟਲੀ ਦੇ ਵਿੱਚ ਨਿਕਲਿਆ ਨੇ। ਮੇਰਾ ਭਰਾ ਪਰਫਾ ਤੂਰਾ ਹੁੰਦਾ ਆ ਜਿੱਦਾਂ ਜ਼ਿਲ੍ਹੇ ਦਾ ਇੱਕ, ਜਿੱਥੋਂ ਜਿੱਦਾਂ ਨੂਲੇ ਵਾਸਤੇ ਮਿਲਦੇ ਆ, ਉਹ ਆਪਣੇ ਆਪਣੇ ਜਿੱਦਾਂ ਜ਼ਿਲ੍ਹੇ ਦਾ ਹਿਸਾਬ ਹੁੰਦਾ ਆ ਵੀ ਕਿਤੇ ਜਲਦੀ ਮਿਲਣ ਲੱਪਦੇ ਆ ਕਿਤੇ ਅਟਕ ਕੇ ਮਿਲਣ ਲੱਪ। ਜਿੱਦਾਂ ਹੁਣ ਇੱਥੇ ਦੀ ਐਮੀਗ੍ਰੇਸ਼ਨ ਹੋਈ ਸੀਗੀ, ਐਮੀਗ੍ਰੇਸ਼ਨ ਜਦੋਂ ਹੋਈ ਸੀਗੀ ਕਿੰਨੇ ਸ਼ਹਿਰਾਂ ਦੇ ਵਿੱਚ ਜਿੱਦਾਂ ਲਤੀਨਾ ਏਰੀਏ ਦੇ ਵਿੱਚ ਪਚੈਂਸੇ ਬਹੁਤ ਜਲਦੀ ਪਹੁੰਚਾ ਮੈਨੂੰ ਤੋਂ ਇੰਪੋਰਟਮੈਂਟ ਆ ਗਈਆਂ ਜਿਨ੍ਹਾਂ ਦੇ ਪੇਪਰ ਜਿੱਦਾਂ ਮਿਲਣ ਲੱਪ ਇੱਥੇ ਵਾਲੇ ਐਮੀਗ੍ਰੇਸ਼ਨ ਦੇ। ਹੁਣ ਜਿੱਦਾਂ ਕਿੰਨਿਆਂ ਦੇ ਰੋਮਾ ਸਿਟੀ ਜਾਂ ਮਿਲਾਨ ਜਾਂ ਬਹੁਤ ਜ਼ਿਆਦਾ ਨਾਪੋਲੀ ਬਹੁਤ ਸਲੋ ਆ, ਜਿੱਦਾਂ ਰੇਸੋ ਦੇ ਵਿੱਚ ਪਚੈਂਸੇ ਸਿਟੀ ਦੇ ਵਿੱਚ, ਮਤਲਬ ਫਰੈਂਸੇ ਸਿਟੀ ਦੇ ਵਿੱਚ, ਹੈ ਨਾ, ਬਹੁਤ ਜ਼ਿਆਦਾ ਸਲੋ ਪ੍ਰੋਸੀਜਰ ਆ। ਮਤਲਬ ਮੇਰਾ ਇਹ ਕਹਿਣ ਦਾ ਆ ਵੀ ਜੇ ਨੂਲੇ ਵਾਸਤੇ ਨਿਕਲਣ ਵੀ ਲੱਪ ਹੈ, ਡਿਪੈਂਡ ਕਰਦਾ ਤੁਹਾਡਾ ਕਿਹੜੀ ਸਿਟੀ ਦੇ ਵਿੱਚ ਵਾ, ਹੈ ਨਾ। ਅਤੇ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਨਿਕਲਣੇ, ਨਿਕਲੂਗੇ ਯਾਰ, ਵੇਟ ਕਰੋ, ਹੈ ਨਾ। ਕਿੰਨੇ ਮੇਰੇ ਭਰਾ ਪੁੱਛਦੇ ਜੀ ਵੀ ਭਾਅ ਜੀ ਕਿੰਨਾ ਕੁ ਟਾਈਮ ਲੱਗੂਗਾ, ਮੇਰੇ ਭਰਾ ਉਹ ਜਿੱਦਾਂ ਹੁਣ ਮਤਲਬ ਟਾਈਮ ਨਹੀਂ ਕੋਈ ਵੀ ਦੱਸ ਸਕਦਾ, ਹੈ ਨਾ। ਇੱਕ ਮੇਰੇ ਭਰਾ ਨੇ ਪੁੱਛਿਆ ਸੀ ਭਾਅ ਜੀ ਮਿਨੀਮਮ ਕਿੰਨਾ ਕੁ ਟਾਈਮ ਲੱਗੂਗਾ, 2 ਮਹੀਨੇ ਵੀ ਲੱਗ ਸਕਦੇ ਆ, 6 ਮਹੀਨੇ ਵੀ ਲੱਗ ਸਕਦੇ, 8 ਮਹੀਨੇ ਵੀ ਲੱਗ ਸਕਦੇ ਆ, ਹੈ ਨਾ। ਕੁਛ ਵੀ ਹੋ ਜਿੱਦਾਂ ਮਤਲਬ ਆਪਾਂ ਕਹਿ ਨਹੀਂ ਸਕਦੇ ਵੀ ਕਦੋਂ ਨਿਕਲ ਆਉਣਾ, ਜਿੱਦਾਂ ਪਹਿਲਾਂ ਵੀ ਨਿਕਲ ਸਕਦਾ ਆ, ਹੈ ਨਾ, ਪਤਾ ਨਹੀਂ ਹੈਗਾ ਵੀ ਕਦੋਂ ਨਿਕਲ ਆਉਣਾ। ਇਹ ਨਹੀਂ ਆਪਾਂ ਕਹਿ ਸਕਦੇ ਭਾਈ ਇੰਨੇ ਨਿਕਲਣਾ ਹੀ ਨਿਕਲਣਾ। ਹਾਂ ਇਹਦੇ ਵਿੱਚ ਇੱਕ ਹੋਰ ਆ, ਮੇਰਾ ਭਰਾ ਫਰੋਟ ਬਹੁਤ ਚੱਲਦਾ ਆ। ਇੱਦਾਂ ਨਹੀਂ ਹੈਗਾ ਵੀ ਮੇਰੇ ਚੈਨਲ 'ਤੇ ਕਿਸੇ ਨੇ ਕਮੈਂਟ ਕਰਤਾ ਵੀ ਮੇਰੇ ਮੈਂ ਪੇਪਰ ਭਰਾਉਣਾ ਆ, ਤੁਸੀਂ ਚੱਕ ਕੇ ਪੈਸੇ ਦੇ ਦਿਉ। ਆਹ ਹੱਥ ਜੋੜ ਕੇ ਬੇਨਤੀ ਆ ਭਰਾ, ਪੈਸੇ ਨਾ ਕਿਸੇ ਨੂੰ, ਜਾਣ ਪਛਾਣ ਵਾਲੇ ਬੰਦੇ ਨੂੰ, ਜਿੱਦਾਂ ਕੋਈ ਕੰਮ ਕਿਸੇ ਦਾ ਕੀਤਾ ਆ ਜਾਂ ਕਿੱਦਾਂ, ਵਾਲੀ ਗੱਲ ਵਾਲੇ ਪੈਸੇ ਨਹੀਂ ਦੇਣੇ। ਜਿੱਦਾਂ ਕਿਸੇ ਨੂੰ ਉੱਦੇ ਕਹਿ ਤਾਂ ਪਹਿਲਾਂ ਚੰਗੀ ਤਰ੍ਹਾਂ ਪੁੱਛ ਕੇ ਫੇਰ ਦੇਣੇ ਆ। ਮੇਰੇ ਭਰਾ ਇੱਕ 2 ਬੰਦਿਆਂ ਨੇ ਮੈਨੂੰ ਆਪਣਾ ਰਿਸ਼ੀ ਪੁੱਤਾ ਸੈਂਡ ਕੀਤਾ, 9 ਮਹੀਨੇ ਵਾਲੇ ਪੇਪਰ ਆਪਣੇ ਇੰਡੀਅਨ ਬੰਦੇ ਨੇ ਉੱਦੇ ਫੇਕੇ ਭਰ ਕੇ ਦੇ ਦਿੱਤੇ ਆ, ਹੈ ਨਾ। ਇੱਦਾਂ ਦੇ ਫਰੋਟ ਬਹੁਤ ਚੱਲਦੇ, ਉਹਨੇ ਇਹ 1 ਲੱਖ ਰੁਪਈਆ ਵੀ ਲੈ ਲਿਆ, ਉਹ ਕਹਿੰਦਾ ਮੈਂ ਮੁੜ ਕੇ ਨਹੀਂ ਦੇਣਾ ਪੇਪਰ ਤੇਰੇ ਨਿਕਲਣ ਚਾਹੇ ਨਾ ਨਿਕਲਣ। ਜਿਹੜਾ 9 ਮਹੀਨੇ ਵਾਲੇ ਪੇਪਰ ਵਾ ਉਹ ਕਹਿੰਦਾ ਵੀ ਮੇਰਾ ਜਿਹੜਾ ਮੈਂ ਜਿੱਥੇ ਕੰਮ ਕਰਦਾ ਹਾਂ, ਤੁਸੀਂ ਆਪ ਸੋਚੋ, ਜਿਹੜਾ ਉਹ ਕਹਿੰਦਾ ਮੈਂ ਜਿੱਥੇ ਕੰਮ ਕਰਦਾ ਹਾਂ ਉਹ ਮੈਨੂੰ ਮੁੰਡੇ ਨੇ ਦੱਸਿਆ ਵੀ ਉਹਨੇ ਆਪਣੇ ਮਾਲਕ ਤੋਂ ਭਰਾਏ ਆ। ਜੇ ਉਹਨੇ ਆਪਣੇ ਮਾਲਕ ਤੋਂ ਭਰਾਏ ਆ, ਉਹਨੇ ਆਪਣੇ ਮਾਲਕ ਤੋਂ ਭਰਾਉਣੇ ਸੀਗੇ, ਫਿਰ ਉਹਦਾ ਜਿਹੜਾ ਉਹ ਜਿਹੜਾ ਉਹਦਾ ਫਰੈਂਡ ਉਹਦਾ ਨਾਂ ਕਿੱਦਾਂ ਆ ਗਿਆ ਮਾਲਕ ਦੇ ਥੈਂ। ਤੁਸੀਂ ਹੁਣ ਕੋਈ ਵੀ ਆ, ਕੋਈ ਵੀ ਕੰਪਨੀ ਆ, ਮੈਂ ਕੰਮ ਕਰਦਾ ਕੰਪਨੀ ਦੇ ਵਿੱਚ, ਮਤਲਬ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ, ਹੈ ਨਾ, ਉੱਥੇ ਬੰਦੇ ਦੀ ਲੋੜ ਵਾ, ਮੇਰੇ ਮਾਲਕ ਨੂੰ ਬੰਦਾ ਚਾਹੀਦਾ, ਮੈਂ ਇੰਡੀਆ ਤੋਂ ਮੰਗਾਉਣਾ, ਮੈਂ ਆਪਣੇ ਨਾਂ 'ਤੇ ਥੋੜ੍ਹਾ ਭਰੂੰਗਾ ਯਾਰ, ਮੇਰੇ ਨਾਂ 'ਤੇ ਤਾਂ ਕਿਸੇ ਨੇ ਫੱਤੂ ਢੀਂਗੇ ਦਾ ਵੀਜ਼ਾ ਨਹੀਂ ਦੇਣਾ, ਹੈ ਨਾ। ਉਹ ਭਰਾਵਾ ਉਹ ਜਿੱਦਾਂ ਕਿਸੇ ਨੇ ਵੀਜ਼ਾ ਉਹ ਆਪਣੇ ਨਾਂ 'ਤੇ ਉੱਦੇ ਫੇਕ ਲਿਖ ਕੇ ਦੇ ਦਿੱਤਾ ਵੀ ਆਹ ਮੈਂ ਭਰੇ ਹੋ ਆ ਪੇਪਰ। ਦਮਾਂਦਾ ਆਪਾਂ ਕਰ ਸਕਦੇ, ਇਹ ਨਹੀਂ ਵੀ ਦਮਾਂਦਾ ਨਹੀਂ ਹੋਣਾ, ਉਹਦਾ ਕੀ ਔਨਲਾਈਨ ਦਮਾਂਦਾ ਹੋਣਾ ਆ। ਚਲੋ ਜੀ ਕਰਤਾ, ਇਹ ਡਿਪੈਂਡ ਕਰਦਾ ਨਿਕਲਣੇ 'ਤੇ, ਹੁਣ ਕਿੰਨੇ ਮਾਲਕਾਂ ਨੇ ਭਰੇ ਹੋ ਆ। ਜੇ ਉਹ ਮਾਲਕ ਸਹੀ ਆ,
जो हम मान लो पांच पेपर भरे हुआ पंजां दी जिदा मतलब जगह आ पांच लई जे दसां दे भरते निकलने तो पंजां दे ही आ है ना। सो मेरे भरा जिहड़ी मेन आपां मुद्दे ते आउणे आ ਇਹ ਨਹੀਂ ਹੈਗਾ ਵੀ ਪੇਪਰ ਕਦੋਂ ਨਿਕਲਣੇ ਆ, ਨਿਕਲ ਆਊਗੇ ਵੇਟ ਕਰੋ ਨਿਕਲੂਗੇ, ਅਤੇ ਜਿਨ੍ਹਾਂ ਦੇ ਯਾਨੀ ਕਿ ਪਹਿਲੇ ਮਿੰਟਾਂ ਦੇ ਵਿੱਚ ਭਰ ਹੋਏ ਆ ਉਹਨਾਂ ਦੀ ਆਸ ਵਾ, ਜਿੱਦਾਂ ਜਿਹਦੇ ਜ਼ਿਆਦਾ ਲੇਟ ਵਾ ਉਹ ਡਿਪੈਂਡ ਕਰਦਾ ਤੁਹਾਡੇ ਕਿਹੜੇ ਏਰੀਏ ਦੇ ਵਿੱਚ ਕਿੰਨਾ ਕੋਟਾ ਆ ਹੈ ਨਾ। ਮੈਂ ਕਿਸੇ ਦਿਨ ਇੱਕ ਵੀਡੀਓ ਸਪੈਸ਼ਲ ਬਣਾਊਂਗਾ 9 ਮਹੀਨੇ ਵਾਲਿਆਂ ਦੇ ਕਿੰਨਾ ਕੋਟਾ ਸੀਗਾ ਕਿਹੜੇ ਸ਼ਹਿਰ ਦੇ ਵਿੱਚ, ਮੈਂ ਸਾਰਾ ਉਹ ਤੁਹਾਡੇ ਨਾਲ ਸਾਂਝਾ ਕਰੂੰਗਾ। ਸੋ ਥੋੜ੍ਹੇ ਜਿਹੜੇ ਇੱਥੇ ਦੇ ਜਿਹੜਾ ਇਮੀਗ੍ਰੇਸ਼ਨ ਵਾਲੇ ਰਹਿ ਗਏ ਸੀਗੇ ਉਹ ਵੀ ਮੈਂ ਦੱਸੂਗਾ ਵੀ ਕਿੱਥੇ ਕਿੰਨਾ ਕਿੰਨਾ ਕੰਮ ਚੱਲ ਰਿਹਾ ਹੈ ਨਾ। ਸੋ ਅੱਜ ਦੀ ਮੇਰੀ ਵੀਡੀਓ ਇਹੀ ਸੀਗੀ ਵੀ ਮੇਰੇ ਭਰਾਵੋ ਜਿਹੜੇ ਪੇਪਰ ਵਾ ਨਿਕਲੂਗੇ, ਇੰਨਾ ਹੂਆ ਜਿਹੜਾ ਚੈਨਲਾਂ 'ਤੇ ਚੱਲਦਾ ਆ ਉਹ ਝੂਠ ਤੋਂ ਬਚੋ। ਇਹ ਨਹੀਂ ਹੈਗਾ ਵੀ ਸਾਰੇ ਨਿਕਲਣ ਲੱਗ ਪਏ ਜਾਂ ਕਿੱਦਾਂ ਨਾ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ। ਪੇਪਰ ਨਿਕਲ ਆਊਗੇ, ਹੋਰ 2 ਮਹੀਨਿਆਂ ਨੂੰ ਨਿਕਲ ਆਊਗੇ, 4 ਨੂੰ ਨਿਕਲ ਆਊਗੇ, ਪਰ ਐਡਾ ਉੱਦੇ ਝੂਠੀਆਂ ਖਬਰਾਂ ਨਾ ਦਿਓ। ਕਿਉਂਕਿ ਨੋਰਮਲ ਗੱਲ ਵਾ, ਜੇ ਹੁਣ ਮੈਂ ਅੱਜ ਇਹ ਕਹਿ ਦੋ ਲੈ ਵੀ ਨਿਕਲੇ ਆ ਪੰਜਾਂ ਦੇ ਨਿਕਲੇ ਆ ਮੈਨੂੰ ਜਾਣਦਾ ਆ, 2 ਇੰਡੀਅਨਾਂ ਦੇ ਨਿਕਲੇ, 1 ਪਾਕਿਸਤਾਨੀ ਦੇ, 1 ਬੰਗਲਾਦੇਸ਼ੀ ਦਾ, ਨਹੀਂ ਯਾਰ ਕਿਸੇ ਨੇ ਦੇਖੇ ਆ, ਕਿਸੇ ਨੇ ਦੇਖੇ। ਜਦੋਂ ਤੋਂ ਜਿਹੜਾ ਕੋਈ ਚੈਨਲ 'ਤੇ ਪਾਉਂਦਾ ਹੁੰਦਾ ਤੁਸੀਂ ਪਹਿਲੀ ਗੱਲ ਤਾਂ ਜਦੋਂ ਦੇਖਣਾ ਚਲੋ ਤੁਹਾਡੀ ਮਰਜ਼ੀ ਹੋਣਾ, ਇਹ ਵੀ ਨਹੀਂ ਮੈਂ ਕਹਿ ਸਕਦਾ ਤੁਸੀਂ ਨਾ ਦੇਖੋ। ਮਤਲਬ ਜਿਹੜਾ ਕੋਈ ਇੱਦਾਂ ਦੀ ਵੀਡੀਓ ਪਾਉਂਦਾ ਹੁੰਦਾ ਉਹ ਥੱਲੇ ਚੁੰਦੇ ਚੁੰਦੇ ਕਮੈਂਟ ਕਰਿਆ ਕਰੋ ਵੀ ਫੋਟੋ ਲਿਆ ਫੋਟੋ ਸ਼ੋ ਕਰ। ਇੱਕ ਵੀਰ ਨੇ ਤਾਂ ਪਾਕਿਸਤਾਨੀ ਨੇ ਨੂਲੇ ਹੌਸਤੇ ਦੀ ਜਗ੍ਹਾ ਭਰਾਵਾ ਹੌਸਬੀ ਦੀ ਲੋਜੋ ਦੀ ਫੋਟੋ ਸੈਂਡ ਕਰਤੀ ਵੀ ਇਹ ਨੂਲੇ ਹੌਸਤੇ ਨਿਕਲੇ। ਕਿਆ ਯਾਰ ਮੈਂ ਹੈਰਾਨ ਹਾਂ ਹੈ ਨਾ। ਸੋ ਮੇਰੇ ਭਰਾਵੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਮੈਂਟ ਜ਼ਰੂਰ ਕਰਿਆ ਕਰੋ, ਤੁਹਾਡੇ ਹਰ ਇੱਕ ਕਮੈਂਟ ਦਾ ਮੈਂ ਰਿਪਲਾਈ ਦੇਣ ਦੇ ਟਰਾਈ ਕਰਦਾ ਜ਼ਰੂਰ। ਅਤੇ ਸੋ ਜੇ ਕੋਈ ਵੀ ਅਪਡੇਟ ਆਈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ ਹੈ ਨਾ। ਤੋ ਕੱਲ੍ਹ ਮੇਰੇ ਤੋਂ ਵੀਡੀਓ ਅਪਲੋਡ ਹੋਈ ਨਹੀਂ, ਪਰਸੋਂ ਕੰਮ 'ਤੇ ਗਿਆ ਸੀਗਾ, ਸੋਮਵਾਰੀ ਮੰਗਲਵਾਰੀ, ਅੱਜ ਮੈਂ ਕਿਹਾ ਵੀਡੀਓ ਜ਼ਰੂਰ ਕਰਨੀ ਆ। ਸੋ ਧੰਨਵਾਦ ਦੋਸਤੋ ਤੁਹਾਡਾ ਇੰਨਾ ਪਿਆਰ ਦੇਖ ਕੇ, ਯਾਰ ਵੀਡੀਓ ਪਾਉਣ ਨੂੰ ਫਿਰ ਇਹ ਨਹੀਂ ਹੁੰਦਾ ਹੈ ਨਾ। ਸੋ ਜਿਹੜੇ ਮੇਰੇ ਵੀਰ ਨਵੇਂ ਆ ਚੈਨਲ 'ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਜਿਨ੍ਹਾਂ ਨੇ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਯਾਰ। ਸੋ ਆਪਣੇ ਵੱਲੋਂ ਮੈਂ ਟਰਾਈ ਕਰਦਾ ਹਾਂ ਵੀ ਜਿਹੜੀਆਂ ਜਾਣੀ ਕਿ ਸੱਚੀਆਂ ਖਬਰਾਂ ਜਿਹੜੀਆਂ ਰੀਅਲ ਆ ਨਾ, ਉਹੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂ ਹੈ ਨਾ। ਇਟਲੀ ਦੀਆਂ ਕੋਈ ਪੇਪਰ ਖੁੱਲੂਗੇ ਜਾਂ ਕੋਈ ਡਾਕੂਮੈਂਟ ਵਾ ਜਾਂ ਕਿੱਦਾਂ, ਕੱਲ੍ਹ ਨੂੰ ਇੱਕ ਬਹੁਤ ਵੀਡੀਓ ਮੈਂ ਵਧੀਆ ਜ਼ਰੂਰੀ ਜਾਣੀ ਕਿ ਸਾਰਿਆਂ ਲਈ ਵਧੀਆ ਹੈਲਪਫੁੱਲ ਹੋਵੇਗੀ, ਅਤੇ ਉਹ ਮੈਂ ਟਰਾਈ ਕਰਦਾ ਮੈਂ ਅਪਡੇਟ ਇਕੱਠੀ ਕਰਨੇ ਨੂੰ। ਸੋ ਮੈਂ ਹੋ ਸਕਦਾ ਮੈਂ ਕੱਲ੍ਹ ਨੂੰ ਜਿੱਦਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂ। ਸੋ ਵੀਡੀਓ ਲੰਮੀ ਹੁੰਦੀ ਆ, ਸੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ। ਤੁਹਾਡਾ ਆਪਣਾ GS ਢਿੱਲੋਂ ਧੰਨਵਾਦ ਦੋਸਤੋ।